ਅਗਲੀ ਗੱਲ ਹੋਰ ਸੁਣ ਲਓ, ਜਿੰਨੇ ਵੀ ਆਪਣੇ ਨੌਜਵਾਨ ਫੜੇ ਆ ਹੁਣੀ ਨਾਲ ਦੀ ਨਾਲ ਛੱਡੇ ਜਾਣਗੇ, ਡਰ ਤੇ ਰੱਖੀ ਕਰ। ਅਗਲੀ ਗੱਲ ਹੋਈ ਸੁਣ ਲਓ, ਪੂਰੀ ਗੱਲ ਤਾਂ ਸੁਣ ਲਓ, ਜਿਹੜੇ ਨੁਕਸਾਨ ਦੀ ਭਰਪਾਈ ਹੋਈ ਆ ਆਪਣੇ ਰਿਹਾਈ ਜਿਹੜੀ ਆ ਹੋ ਜਾਏਗੀ। ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਧਾਲੀਵਾਲ ਦਾ ਮੋਬਾਇਲ ਅੱਜ ਤੋੜਿਆ ਗਿਆ। ਸਾਰੇ ਵੀਰੇ ਸਾਰੇ ਨਾ, ਜਿੰਨਾ ਚਿਰ ਆਪਣੇ ਕੋਲ ਸੁਨੇਹਾ ਨੀ ਨਾ ਆਉਂਦਾ ਵੀ ਸ਼ਰਤੇ ਜਾਂਦੇ ਨੀ, ਹੋਰ ਦੱਸ ਸਾਹਿਬ ਸੁਨੇਹਾ ਤਾਂ ਲਾਓ ਜੀ, ਬੰਦੇ ਦਾ ਛੱਡ ਦਿਓ। ਅਗਲੀ ਗੱਲ ਸੁਣ ਲਓ, ਇਹ ਜਿਹੜੀ ਗੱਲ ਤੇ ਪੇਚ ਫਸਿਆ ਸੀ, ਆਪਾਂ ਇਹ ਕਹਿੰਦੇ ਜਮਾਨਤ ਲਓ, ਆਪਾਂ ਕਹਿੰਦੇ ਨਹੀਂ ਲਾਉਣੀ, ਪਰਚੇ ਡਿਸਚਾਰਜ ਕਰੋ, ਕੈਂਸਲ ਕਰੋ, ਉਹਦੇ ਆਪਣੀ ਸਹਿਮਤੀ ਬਣੀ ਆ, ਬਿਨਾਂ ਸ਼ਰਤ ਰਿਹਾਈ ਹੋਈ ਆ। ਹੁਣ ਤੁਹਾਡੇ ਨਾਲ ਏਡੀਜੀ ਪਿਸਤੌਲ ਜਸਕਰਨ ਸਿੰਘ ਜੀ ਇਹ ਗੱਲਬਾਤ ਕਰਨਗੇ, ਤੁਸੀਂ ਧਿਆਨ ਨਾਲ ਮਿਲਾ, ਦੋ ਮਿੰਟ ਹੀ ਸੁਣਨੇ, ਦੋ ਮਿੰਟ ਹੀ ਉਹਨੇ ਬੋਲਣਾ, ਉਦੋਂ ਬਾਅਦ ਪੰਜ ਸੱਤ ਮਿੰਟ ਆਪਾਂ ਦੁਬਾਰਾ ਲਾਉਣੇ ਆ, ਉਦੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਸੁਣਾ ਦੇ। ਅੱਜ ਇਲਾਕਾ ਨਿਵਾਸੀਓ, ਅੱਜ ਸਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਜੀ ਔਰ ਸਾਰੇ ਇਕੱਠੇ ਹੋਏ ਨੇ, ਕਿਸਾਨ ਯੂਨੀਅਨ ਦੇ ਪਲੱਸ ਜਿਹੜੇ ਲੀਡਰ ਆਏ ਨੇ, ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਰਿਹਾ। ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹਿੰਦੇ ਹਾਂ, ਔਰ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਯੂਥ ਇੱਥੋਂ ਦਾ ਜਾਂ ਆਪਣੇ ਪੰਜਾਬ ਦਾ, ਇਹ ਇੱਕ ਬਹੁਤ ਵੱਡਾ ਇੱਕ ਐਸੈਟ ਹੈ। ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ, ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਉਣ ਵਾਲਾ ਸਾਡਾ ਫਿਊਚਰ ਹੈ। ਸੋ ਇੰਨੀ ਗੱਲ ਕਹਿਣਾ ਹੋਇਆ, ਅੱਜ ਜਿਹੜੀ ਹੈ ਜਿੱਦਾਂ ਦੱਸਿਆ ਕਿ ਇੱਕ ਲਿਖਤੀ ਰੂਪ ਦੇ ਵਿੱਚ ਹੋਇਆ, ਸੋ ਉਹਦੇ ਮੁਤਾਬਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ADI ਸਾਹਿਬ ਮੇਰੇ ਨਾਲ ਖੜੇ ਨੇ, ਇਹ ਸਾਰਾ ਰੇਂਜ ਉਹਨਾਂ ਦਾ ਕੋਲ ਹੈ, ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦਿਆਂਗੇ। ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ, ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ, ਉਹ ਸਾਰੇ ਜਾਂ ਤਾਂ ਰਿਹਾ ਹੋ ਚੁੱਕੇ ਆ ਜਾਂ ਛੱਡੇ ਜਾ ਚੁੱਕੇ, ਜਾਂ ਹੁਣੇ ਹੀ ਮੈਂ ਆਪਣੇ SSPs ਨੂੰ ਕਹਿ ਦਿੱਤਾ ਉਹ ਰਿਹਾ ਹੋ ਜਾਣਗੇ। ਫਿਰ ਵੀ ਜੇ ਕਿਸੇ ਦਾ ਕੋਈ ਲੱਗਦਾ ਹੋਏਗਾ ਤੇ ਇੱਥੇ SSP ਨੇ, DIG ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ, ਬਟ 100% ਇਹ ਮੈਂ ਇੱਥੇ ਅਨਾਊਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ। ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਕੋਈ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਭਰਪਾਈ ਕਰ ਦਿਆਂਗੇ, ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ, ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ। ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀ ਹੈ। ਮੈਂ ਤਾਂ ਇਹ ਪੁਲਿਸ ਐਜ਼ ਏ ਪੁਲਿਸ ਆਫਿਸਰ ਵੀ ਕਹਿੰਦਾ, ਮੈਂ ਤਾਂ ਇਦੋਂ ਪਹਿਲਾਂ ਇੱਕ ਪ੍ਰੋਫੈਸਰ ਆ, ਖਾਲਸਾ ਕੋਲੇਜ ਪੜ੍ਹਾਉਂਦਾ ਰਿਹਾ, ਔਰ ਮੇਰੇ ਖਿਆਲ ਮੇਰੇ ਵਾਸਤੇ ਦਾ ਜਿਹੜਾ ਯੂਥ ਹੈ, ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ, ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਜ਼ਬੂਲੇ ਹੋ, ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਦੇ ਵਿੱਚ ਰਹਿ ਗਿਆ ਉਹ ਬਿਲਕੁਲ ਨਿਪਟਾਰਾ ਹੋ ਜਾਏਗਾ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਤੁਹਾਨੂੰ ਫਿਰ ਫਤਿਹ ਬੁਲਾਉਣਾ, ਸਤਿ ਸ਼੍ਰੀ ਅਕਾਲ, ਔਰ ਤੁਸੀਂ ਆਪਦਾ ਧਿਆਨ ਰੱਖੋ, ਹੁਣ ਆਰਾਮ ਦੇ ਨਾਲ ਜਾਇਓ। ਥੈਂਕ ਯੂ ਵੈਰੀ ਮਚ।
ਤੁਹਾਨੂੰ ਲੱਗਦਾ ਵੀ ਮੈਂ ਤੁਹਾਡੀਆਂ ਭਾਵਨਾਵਾਂ ਦੇ ਉਲਟ ਜਾ ਕੇ ਫੈਸਲਾ ਕਰ ਲਏ ਸੀ ਹਨਾ। ਮੈਂ ਸਾਰੀਆਂ ਗੱਲਾਂ ਦੇਖ ਕੇ, ਕਾਨੂੰਨੀ ਗੱਲਾਂ ਦੇਖ ਕੇ ਹੁਣ ਘਰੋਂ ਬੈਠਾ ਹੁਣ ਜਾਇਟ ਕਮੈਂਟ ਕਰੀ ਜਾਊਗਾ ਵੀ ਐਂ ਹੋ ਗਿਆ, ਉਹ ਗੱਲ ਵੱਖਰੀ ਹੈ। ਪਰ ਇਹ ਜਿੱਤ ਤੁਹਾਡੀ ਹੈ ਬਾਈ, ਇਹ ਜਿੱਤ ਇਹ ਅਸੀਂ ਜੇ ਕੱਕੇ ਆਗੂ ਖੜੇ ਆ, ਡਾਕਟਰ ਜੀ ਖੜੇ ਆ, ਫੌਜ ਜੀ ਖੜੇ ਆ, ਲੌਂਗੋਵਾਲ ਜੀ ਖੜੇ ਆ, ਸਾਰੇ ਆਗੂ ਖੜੇ ਨੇ ਇੱਥੇ ਆ ਹਨਾ। ਜਿਹੜੀ ਕਹਿੰਦੇ ਸਾਡੇ ਕਰਕੇ ਨਹੀਂ ਬਾਈ, ਇਹ ਤੁਹਾਡੇ ਕਰਕੇ ਜਿੱਤ ਹੋਈ ਹੈ। ਜੇ ਇੱਥੇ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਆਹ ਲਿਖਤੀ ਦਿੱਤਾ, ਏਡੀਜੀਪੀ ਡੀਆਈਜੀ ਆਈਜੀ ਦੇ ਦਫ਼ਤਰ ਤਾਂ ਲਿਖਤੀ ਦੇ ਕੇ ਗਏ ਆ ਯਾਰ। ਫਿਰ ਜੇ ਮੁੱਕਰ ਜਾਣਗੇ ਤੇ ਫਿਰ ਕਿੱਥੇ ਜਾਣੇ, ਕੋਈ ਗੱਲ ਨਹੀਂ। ਜੇ ਕੋਈ ਤਲਖੀ ਜਾ ਕੇ ਮੇਰੇ ਤੋਂ ਤੁਹਾਡੇ ਬਾਰੇ ਕੁਛ ਕਿਹਾ ਵੀ ਜਾਂਦਾ, ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁੱਸਾ ਨਾ ਕਰਿਆ ਕਰੋ ਵੀ ਮੇਰੇ ਆਪਣੇ ਨੂੰ, ਮੈਂ ਤੁਹਾਡਾ ਯਾਰ ਰੀਜ ਹੋ ਮੇਰੇ, ਤੁਸੀਂ ਇੱਕ ਬੋਲ ਦਾ ਤੇ ਫੁੱਲ ਢਾ ਸਕਦੇ ਹੋ, ਇੰਨੀ ਗਿਣਤੀ ਮੈਂ ਤੁਹਾਡਾ ਇਸ ਗੱਲੋਂ ਬਹੁਤ ਧੰਨਵਾਦ ਕਰਦਾ। ਡਾਂਗਾ ਵੀ ਖਾਧੀਆਂ ਤੁਸੀਂ, ਬੈਰੀਕੇਡ ਵੀ ਤੋੜੇ, ਫੇਰ ਵੀ ਦੇਖੋ ਮੇਰੀ ਗੱਲ ਸੁਣੋ, ਇੱਕ ਤਰੀਕ ਨੂੰ ਇਹਨਾਂ ਨੇ ਮਾਨ ਸਾਹਿਬ ਦਾ ਪ੍ਰੋਗਰਾਮ ਫੇਲ ਕਰਕੇ ਬਹੁਤ ਵੱਡਾ ਭਰਮ ਪਾਇਆ ਸੀ ਕਿ ਲੋਕ ਇਕੱਠੇ ਨੀ ਹੋਣ ਦੇ, ਡਰਾ ਤੇ ਫੋਨ ਕਰਨ ਲੱਗ ਕੇ ਬੰਦੇ ਫੜ ਲਏ, ਘਰਾਂ ਦੇ ਨਿਰਬੰਧ ਕਰ ਲਏ। ਪਰ ਤੁਸੀਂ ਸਾਰੀਆਂ ਰੋਕਾਂ ਟੋਕਾਂ ਤੋੜ ਕੇ ਅੱਜ ਮੋਹਰ ਲਾ ਦੀ ਹੈ ਕਿ ਨਹੀਂ ਇਹ ਦੱਬੇ ਨੀ ਜਾਣੇ, ਜਿੰਨਾ ਮਰਜ਼ੀ ਜਮਾ ਕਰ ਲਓ। ਇੱਕ ਨੌਜਵਾਨ ਹੋਰ ਅਪੀਲ ਹੈ, ਆਪਾਂ 26 ਤਰੀਕ ਨੂੰ 26 ਨਵੰਬਰ 2020 ਸੀ, 2020 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ, ਇੱਥੋਂ ਬੜੀਆਂ ਸੜਕਾਂ ਪੱਟੀਆਂ ਸੀ, ਬੜੇ ਟੋਏ ਪੱਟੇ ਸੀ, ਬੜੇ ਵੱਡੇ ਵੱਡੇ ਬੈਰੀਕੇਡ ਲਾਏ ਸੀ, ਪਰ ਆਪਾਂ ਸਾਰੀਆਂ ਰੋਕਾਂ ਟੋਕਾਂ ਤੋੜ ਕੇ ਦਿੱਲੀ ਪਹੁੰਚ ਗਏ ਸੀ। 13 ਤਰੀਕ ਨੂੰ ਬਈ ਨੌਜਵਾਨੋ ਤਿਆਰ ਰਹੋ, 13 ਫਰਵਰੀ ਉਹ ਵੀ ਮੁੱਦੇ ਹਨ ਜਿਹੜੇ ਅਧੂਰੇ ਪਏ ਆ, ਚਾਹੇ MSP ਦੀ ਗੱਲ ਹੋਵੇ, ਚਾਹੇ ਜਿਹੜੇ ਕੇਸ ਵੀ ਪਏ ਆ ਉਹ ਬਹੁਤਿਆਂ ਦੇ ਪਏ ਆ, ਉਵੇਂ ਚੱਲੀ ਜਾਂਦੇ ਆ, ਜਾਂ ਨਵੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਮਾਰੂ ਨੀਤੀ, ਉਹਨਾਂ ਦੇ ਖਿਲਾਫ਼ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਨੌਜਵਾਨੋ ਤੁਹਾਡੀ ਖਾਸ ਮੇਰਾ ਵੀ ਅਪੀਲ ਹੈ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ 13 ਨੂੰ ਮਾਰਨਾ, ਉੱਥੇ ਦਿੱਲੀ ਪਹੁੰਚਣਾ ਬਾਈ। ਇਹ ਨਾ ਸੁਣਿਆ ਕਰੋ, ਕਿਹੜੇ ਬੰਦੇ ਛੱਡੇ, ਪ੍ਰਸ਼ਾਸਨ ਨੂੰ ਸੁਣਦਾ ਹੋਊਗਾ ਜੀ, ਸਾਡੇ ਬੰਦੇ ਨੀ ਛੱਡੇ ਗਏ ਹਲੇ, ਜੇ ਨਹੀਂ ਛੱਡੇ ਗਏ ਤਾਂ ਅਸੀਂ ਜਾਈ ਜਾਵਾਂਗੇ। ਜਿਹੜੇ ਬੰਦੇ ਥਾਣਿਆਂ ਤੋਂ ਛੱਡੇ ਨਹੀਂ ਗਏ, ਪ੍ਰਸ਼ਾਸਨ ਸੁਣਦਾ ਛੱਡਦੇ ਹੋਣੇ ਹੈ, ਉਹ ਕੀ ਰੱਖੇ ਜੀ ਲਾਈਵ ਚੈੱਕ ਕਰ, ਉਹ ਤਾਂ ਇਹਨਾਂ ਨੇ ਆਇਆ ਕਰਿਆ ਹੋਣਾ ਇੱਧਰ ਨੂੰ ਆਉਣਗੇ, ਪ੍ਰਸ਼ਾਸਨ ਸਾਡੀ ਭਾਈ ਸੁਣ ਲੈ ਧਿਆਨ ਦੇ ਨਾਲ, ਥਾਣਾ ਕਿਹੜਾ ਕੌੜੀਆਂ ਚੌਕੀਆਂ ਕੌੜੀਆਂ ਸਾਜਲੀ ਬੜਬੜ ਭਨੌਲਾ ਪਾਈ, ਉਹ ਸਾਰੇ ਬੰਦੇ ਸਾਡੇ ਛੱਡਦੇ ਪ੍ਰਸ਼ਾਸਨ, ਇਹ ਹੋਲੀ ਭਾਈ ਸੁਨੇਹਾ ਲਾ ਦੇ, ਪ੍ਰਸ਼ਾਸਨ ਖੜਾ ਅਫਸਰ ਖੜੇ ਆ, ਆ ਦੇ ਸੱਚੇ ਨੂੰ ਕਹਿ ਦੇ ਚੌਕੀ ਕਾਰਜਾਰੀ ਪਾਈ, ਉਹ ਬੰਦੇ ਜਦੋਂ ਸਾਡੇ ਕੋਲ ਸੁਨੇਹਾ ਆ ਗਿਆ ਸਾਡਾ ਮੋਰਚਾ
ਸੱਚਾ ਫਤਿਹ ਹੈ ਤੇ ਅਸੀਂ ਰਵਾਨਗੀ ਪਾ ਦੇਣੀ ਹੈ। ਨਹੀਂ ਉਸ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਪੰਜ ਸੱਤ ਮਿੰਟ। ਸ਼ੰਭੂ ਤੇ ਖਲੋਰੀ ਇਕੱਠੇ ਹੋਣਾ, ਸ਼ੰਭੂ ਤੇ ਖਲੋਰੀ 13 ਤਰੀਕ ਨੂੰ ਸ਼ੰਭੂ ਤੇ ਖਲੋਰੀ ਇਕੱਠੇ ਹੋਣਾ ਬਈ। ਮਹਿਲਾ ਚੌਂਕੀਆਂ 50 ਮੁੰਡੇ ਖੜੇ ਹੋਏ ਆ। ਬੋਲੇ ਕਿਹਦਾ ਬੋਲੇ ਕਹਿੰਦੇ।